ਬੋਨਾ ਜੋ ਜਨਾਬ ਫਿਰ ਸਭ ਤੋਂ ਪਹਿਲਾਂ ਆਪਾਂ ਚੈੱਕ ਇਨ ਮਾਰਦੇ ਆ ਨਰਸ ਬੈਕਪੈਕਰਸ ਐਕਚੁਅਲੀ ਮੈਂ ਸਰਪ੍ਰਾਈਜ਼ ਹੋਇਆ ਜਗ੍ਹਾ ਦੇਖ ਕੇ ਵਧੀਆ ਆ ਪਹਿਲਾਂ ਮੈਂ ਗਲੀ ਚਲਾ ਗਿਆ ਔਰ ਨਿੱਕੀ ਜੀ ਗਲੀ ਨਹੀਂ ਸੀ ਉਹ ਥੋੜਾ ਜਿਹਾ ਆਈਡੀਆ ਨਹੀਂ ਲੱਗਦਾ ਯਾਰ ਕੋਈ ਆਪਾਂ ਨਵੀਂ ਜਗ੍ਹਾ ਹੋਸਟਲ ਲੱਭਦੇ ਆ ਇੱਥੋਂ ਹੀ ਨਿਕਲ ਕੇ ਗਿਆ ਸੀ ਪਹਿਲਾਂ ਮੈਂ ਚਲੋ ਅੰਤਾ ਜੀ ਮਿਲੇ ਮੈਨੂੰ ਤੇ ਹੁਣ ਇਹ ਥੋੜਾ ਜਿਹਾ ਜੋ ਵੀ ਰਿਕੁਆਇਰਡ ਡਾਕੂਮੈਂਟਸ ਆ ਉਹ ਸਾਈਨ ਕਰ ਰਹੇ ਨੇ ਆਈਡੀ ਵਗੈਰਾ ਇਹੀ ਮੈਂ ਮੇਨ ਟਾਈਮ ਤੁਹਾਨੂੰ ਇੱਕ ਹੋਸਟਲ ਦਾ ਥੋੜਾ ਚੱਕਰ ਲਗਵਾ ਦਿੰਦਾ ਤੇ ਐਂਟਰੀ ਕਰਦੇ ਸਾਰ ਸਭ ਤੋਂ ਪਹਿਲਾਂ ਆਪਾਂ ਨੂੰ ਦਿਖਦੀ ਹੈ ਕਿਚਨ ਇਹਦੇ ਵਿੱਚ ਤੁਸੀਂ ਜੋ ਵੀ ਆਪਣਾ ਬੇਸਿਕ ਸਮਾਨ ਕਹਿਤਾ ਜੋ ਵੀ ਇੱਥੇ ਸਮਾਨ ਪਿਆ ਤੁਸੀਂ ਉਹਦੇ ਨਾਲ ਕੁੱਕ ਕਰ ਸਕਦੇ ਹਾਂ ਜਾਂ ਫਰਿੱਜ ਕੋਈ ਵੀ ਆਈਟਮ ਰੱਖਣੀ ਰੱਖ ਦੇ ਮੈਂ ਪੁੱਛਿਆ ਉਹਨੂੰ ਮੈਂ ਕਿ ਮੈਂ ਕੀ ਬਣਾ ਸਕਦਾ ਹਾਂ ਅਤੇ ਉਹ ਕਹਿੰਦੇ ਜੋ ਮਰਜ਼ੀ ਬਣਾਓ ਪਰ ਨੋਨ ਵੈਜ ਵਿਚ ਇਜ਼ ਓਕੇ ਅਤੇ ਇਹ ਜਗ੍ਹਾ ਇਜ਼ ਨੋਟ ਬੈਡ ਮੈਂ ਤੁਹਾਨੂੰ ਇੱਕ ਬਹੁਤ ਇੰਟਰਸਟਿੰਗ ਚੀਜ਼ ਦਿਖਾਉਂਦਾ ਹੁਣ ਜਿੱਦਾਂ ਮੈਂ ਤੁਹਾਨੂੰ ਦਿਖਾਇਆ ਕਿ ਉਹ ਬੱਸ ਦੇ ਨਾਲ ਆਪਾਂ ਫਰੀ ਆ ਸਕਦੇ ਹਾਂ ਇੱਥੇ ਗੋਲਡਨ ਟੈਂਪਲ ਤੱਕ ਰੇਲਵੇ ਸਟੇਸ਼ਨ ਤੋਂ ਇਹਨਾਂ ਨੇ ਲਿਖਿਆ ਹੈ ਕਿ ਜੇ ਤੁਸੀਂ ਉੱਥੇ ਜਾਣਾ ਹੈ ਤਾਂ 200 ਰੁਪਇਆ ਲੱਗਣਾ ਆ ਵਾਇਆ ਟੁੱਕ ਟੁੱਕ ਹੈ ਨਾ ਇਗਨੋਰ ਹੀ ਕਰੇ ਬਸ ਮਤਲਬ ਈਜ਼ੀ ਰਹਿ ਜਾਂਦਾ ਯਾਰ 200 ਰੁਪਏ ਕੌਣ ਖਰਚੇ ਅਤੇ ਮੈਂ ਤੁਹਾਨੂੰ ਅੱਛਾ ਆ ਹੋ ਗਿਆ ਸੀਟਿੰਗ ਏਰੀਆ ਮੈਂ ਤੁਹਾਨੂੰ ਬੰਕ ਬੈਡਸ ਦਿਖਾ ਦਾ ਅਤੇ ਇਹ ਰਹੇ ਆਪਣੇ ਉਹੀ ਕਲਾਸਿਕ ਬੰਕ ਬੈਡਸ ਇਸ ਰੂਮ ਦੇ ਵਿੱਚ ਹੈ 2, 4, 6, 8 ਬੈੱਡ ਆ ਇਹਦੇ ਵਿੱਚ ਉੱਪਰ ਵਾਲਾ ਮੈਨੂੰ ਮਿਲਿਆ ਅਤੇ ਸਭ ਤੋਂ ਪਹਿਲਾਂ ਮੈਂ ਆਪਣਾ ਬੈਗ ਹੀ ਰੱਖਿਆ ਕਿਉਂਕਿ ਇਸ ਤੋਂ ਬਾਅਦ ਹੁਣ ਆਪਾਂ ਫਰੀ ਹਾਂ ਨਥਿੰਗ ਟੂ ਕੈਰੀ ਆਈ ਵੀ ਗੁੱਡ ਟੂ ਗੋ ਲਓ ਬਈ ਸਾਰਾ ਸਮਾਨ ਵਗੈਰਾ ਰੱਖ ਕੇ ਬਹੁਤ ਵਧੀਆ ਬੰਦੇ ਨਿਕਲੇ ਯਾਰ ਜਿਨ੍ਹਾਂ ਕੋਲ ਆਹ ਹੋਸਟਲ ਹੋਇਆ ਅਤੇ ਹੁਣ ਸੋਚਿਆ ਸਭ ਤੋਂ ਪਹਿਲਾਂ ਯਾਰ ਮੱਥਾ ਟੇਕਿਆ ਜਾਵੇ ਅਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਕੇਸਰ ਦੇ ਟਾਪ ਅਤੇ ਥੋੜ੍ਹਾ ਜਿਹਾ ਮੀਂਹ ਨੇ ਮਾਹੌਲ ਖਰਾਬ ਕਰਤਾ ਪਰ ਚਲੋ ਕੋਈ ਨਹੀਂ ਜੋ ਹੈ ਸੋ ਹੈ ਆ ਰਿਹਾ ਜੋੜਾ ਘਰ ਉਹਦੇ ਨਾਲ ਹੀ ਬਾਹਰ ਹੀ ਖਿਚੜੀ ਦੀ ਸੇਵਾ ਹੋ ਰਹੀ ਹੈ ਮੈਂ ਸੋਚਿਆ ਪਹਿਲਾਂ ਵੇ ਖਿਚੜੀ ਖਾਧੀ ਜਾਵੇ ਅੱਜ ਸੇਵਾ ਕਰਦੇ ਹਾਂ ਉਸ ਤੋਂ ਬਾਅਦ ਅੰਮ੍ਰਿਤਸਰ ਇਸ ਉੱਧਰ ਐਕਸਪਲੋਰ ਕਰਦੇ ਹਾਂ ਆਪਾਂ ਬਾਅਦ ਵਿੱਚ ਦੇਖਦੇ ਹਾਂ ਸਭ ਤੋਂ ਪਹਿਲਾਂ ਆਪਾਂ ਕਰੀਏ ਪੇਟ ਪੂਜਾ ਲੰਗਰ ਬਹੁਤ ਵਧੀਆ ਰਿਹਾ ਉਹਦੇ 'ਚ ਕੋਈ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਉਹ ਬਾਰ ਬਾਰ ਅਨਾਊਂਸਮੈਂਟ ਕਰੀ ਜਾ ਰਹੀ ਸੀ ਕਿ ਆਪਣੇ ਫੋਨ ਸਵਿੱਚ ਔਫ ਹੀ ਰੱਖੋ ਅਤੇ ਫਿਰ ਮੈਂ ਸੋਚਿਆ ਕਿ ਉਹ ਰਿਸਕ ਲੈਣਾ ਅਤੇ ਫਿਰ ਮੈਂ ਬੰਦ ਹੀ ਰੱਖਿਆ ਅਤੇ ਉਸ ਤੋਂ ਪਹਿਲਾਂ ਮੈਂ ਕਿਹਾ ਚਲੋ ਮੱਥਾ ਟੇਕਣ ਤੋਂ ਪਹਿਲਾਂ ਕੋਫੀ ਪੀ ਲਈ ਜਾਵੇ ਇੱਕ ਟਿਪ ਆ ਜਦੋਂ ਵੀ ਤੁਸੀਂ ਹਰਿਮੰਦਰ ਸਾਹਿਬ ਆਉਂਦੇ ਕੋਸ਼ਿਸ਼ ਕਰੋ ਕਿ ਪਹਿਲਾਂ ਲੰਗਰ ਖਾ ਹੀ ਲਓ ਤਾਂ ਬਿਹਤਰ ਆ ਕਿਉਂਕਿ ਮੱਥਾ ਟੇਕਣ ਦੇ ਲਈ ਤਕਰੀਬਨ 1 ਘੰਟਾ ਹੋ ਸਕਦਾ 2 ਘੰਟੇ ਵੀ ਲੱਗ ਜਾਵੇ ਤਾਂ ਐਟਲੀਸਟ ਭੁੱਖ ਵਾਲਾ ਮਸਲਾ ਤਾਂ ਹੱਲ ਹੋ ਜਾਂਦਾ ਅਤੇ ਉਸ ਤੋਂ ਬਾਅਦ ਤੁਸੀਂ ਆਰਾਮ ਨਾਲ ਖੜ੍ਹੇ ਰਹਿੰਦੇ ਜਦ ਤੱਕ ਖਾਣਾ ਬਚ ਜਾਂਦਾ ਲੋ ਬਾਈ ਤਾਂ ਪੂਰੇ 2 ਘੰਟੇ ਲੱਗੇ ਲਾਈਨ 'ਚ ਮੱਥਾ ਟੇਕਣ ਦੇ ਲਈ ਉਸ ਤੋਂ ਬਾਅਦ ਹੁਣ ਜੇ ਬਾਹਰ ਨਿਕਲ ਗਈਆਂ ਅਤੇ ਜਿੱਦਾਂ ਮੈਂ ਮੈਂਸ਼ਨ ਕੀਤਾ ਸੀ ਭੁੱਖ ਲੱਗ ਗਈ ਹੈ ਫਿਰ ਬੜੀ ਜ਼ਬਰਦਸਤ ਵਾਲੀ ਅਤੇ ਇੱਥੋਂ ਕਾਫੀ ਨਜ਼ਦੀਕ ਐਕਚੁਅਲੀ ਮੈਕਡੋਨਲ ਔਰ ਸੇਫ ਸਬਵੇ ਆ ਸੇਫ ਤੇ ਪਤਾ ਨਹੀਂ ਕਿਉਂ ਨਿਕਲ ਗਿਆ ਅੱਛਾ ਪਰ ਮੈਂ ਜਾ ਰਿਹਾ ਹਾਂ ਕੇਸਰ ਦਾ ਢਾਬਾ ਜਿੱਦਾਂ ਪਹਿਲਾਂ ਮੈਂਸ਼ਨ ਕੀਤਾ ਸੀ ਕਿ ਉਹ ਮਸਟ ਗੋ ਪਲੇਸ ਆ ਇਨ ਅੰਮ੍ਰਿਤਸਰ ਮੈਂ ਕਾਫੀ ਸੁਣਿਆ ਉਸਦੇ ਬਾਰੇ 2-3 ਬੰਦੇ ਨੂੰ ਪੁੱਛਿਆ ਸਾਰਿਆਂ ਨੇ ਕਿਹਾ ਕਿ ਅਮੇਜ਼ਿੰਗ ਫੂਡ ਚਲੋ ਜਾ ਕੇ ਦੇਖਦੇ ਹਾਂ ਕਿ ਕਿੱਦਾਂ ਦਾ ਹੁੰਦਾ ਕਿੱਦਾਂ ਦਾ ਨਹੀਂ ਫਿਰ ਕੇਸਰ ਦਾ ਢਾਬਾ ਲੈਟਸ ਚੈੱਕ ਇਟ ਆਊਟ ਜਨਾਬ ਅਤੇ ਫਿਰ ਇਹ ਰਿਹਾ ਆਪਣਾ ਖਾਣਾ ਅਤੇ ਪਾਲਕ ਪਨੀਰ ਨਾਲ ਸੈਲਡ ਮੈਨੂੰ ਯਾਰ ਐਕਚੁਅਲੀ ਗਲਤੀ ਹੋ ਗਈ ਮੇਰੇ ਕੋਲੋਂ ਪੁੱਛਣਾ ਚਾਹੀਦਾ ਸੀ ਕਿ ਰੋਟੀ ਕਿਸ ਤਰ੍ਹਾਂ ਦੀ ਆ ਮੈਨੂੰ ਲੱਗਾ ਸਿੰਪਲ ਜੋ ਘਰ ਵਾਲੀਆਂ ਰੋਟੀਆਂ ਹੁੰਦੀਆਂ ਉਹ ਹੁੰਦੀਆਂ ਬਾਈ ਜੇ ਖਾ ਸਕਦਾ ਮੈਂ ਇੰਨੀ ਵੀ ਬੜੀ ਬੜੀ ਨਾ ਬਾਈ ਇੱਕ ਵੀ ਮੈਂ ਆਈ ਹੋਪ ਕਿ ਮਸੀ ਅਤੇ ਮਿਸਟੇਕ ਹੋ ਗਈ ਚਲੋ ਕੋਈ ਨਹੀਂ ਆਪਾਂ ਟੇਸਟ ਟੈਸਟ ਕਰ ਜਿਹੜੀ ਸਾਰੀ ਗੇਮ ਆ ਨਾ ਇਸ ਮਸਾਲੇ ਦੀ ਆ ਬਹੁਤ ਹੀ ਵਧੀਆ ਸ਼ਾਨਦਾਰ ਆ ਪਨੀਰ ਤਾਂ ਚਲੋ ਪਨੀਰ ਹੀ ਆ ਇਹਨੂੰ ਕੁਛ ਨਹੀਂ ਕੀਤਾ ਜਾ ਸਕਦਾ ਪਰ ਜਿਹੜੀ ਆ ਗ੍ਰੇਵੀ ਆ ਆਊਟਸਟੈਂਡਿੰਗ ਬ੍ਰੋ ਵੈਰੀ ਨਾਈਸ ਆਪਾਂ ਖਾਣੇ ਦੀ ਗੱਲ ਕਰੀਏ ਇਹਨੂੰ ਮੈਂ ਦੂੰਗਾ 7 ਆਊਟ ਆਫ 10 ਜਿੰਨਾ
ਮੈਂ ਫੋਟੋ ਸੀ ਉਹਨਾਂ ਨਹੀਂ ਵਧੀਆ ਪਰ ਫਿਰ ਵੀ ਵਧੀਆ ਆਇਆ ਪਰ ਜਿਹੜਾ ਹੁਣ ਨਾਮ ਆ ਕਿ ਆਉਣਾ ਹੀ ਆਉਣਾ ਉਸ ਹਿਸਾਬ ਦੇ ਨਾਲ ਇੰਨਾ ਵਧੀਆ ਨਹੀਂ ਹੈਗਾ ਪਰ ਸਵਾਦ ਆ ਡੋਂਟ ਟੇਕ ਮੀ ਰੋਂਗ ਹੈ ਪਰ ਤੁਸੀਂ ਲੋਕੇ ਫਿਰ ਉਸ ਰੈਸਟੋਰੈਂਟ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਸਮਾਨ ਚੱਕਿਆ ਆਪਣੇ ਹੋਸਟਲ ਤੋਂ ਮੈਂ ਸੋਚਿਆ ਚਲੋ ਥੋੜ੍ਹਾ ਜਿਹਾ ਕੀ ਬੈਠਣਾ ਥੋੜ੍ਹਾ ਘੁੰਮਦੇ ਫਿਰਦੇ ਹਾਂ ਫਿਰ ਮੈਂ ਨਿਕਲ ਹੀ ਰਿਹਾ ਸੀਗਾ ਤਾਂ ਮੈਂ ਹਰਿਮੰਦਰ ਸਾਹਿਬ ਦੇਖਿਆ ਯਾਰ ਲਾਈਟ ਦੇ ਵਿੱਚ ਤਾਂ ਹੋਰ ਵੀ ਸੋਹਣਾ ਲੱਗਦਾ ਆ ਅਤੇ ਚਲੋ ਚੱਕਰ ਮਾਰ ਕੇ ਆਉਂਦੇ ਹਾਂ ਲੁੱਕ ਐਟ ਦਿਸ ਯੂ ਐਬਸੋਲਿਊਟਲੀ ਸਟਨਿੰਗ ਲੋ ਬਈ ਦੂਸਰਾ ਦਿਨ ਸ਼ੁਰੂ ਅੰਮ੍ਰਿਤਸਰ ਦੇ ਵਿੱਚ ਅਤੇ ਕਾਫੀ ਲੇਟ ਨਿਕਲਿਆ ਅੱਜ ਮੈਂ ਯਾਰ ਕੱਲ੍ਹ ਬਹੁਤ ਥੱਕ ਗਿਆ ਸੀ ਸਵੇਰਾ ਤੋਂ ਅੱਜ ਕਾਫੀ ਚੱਲਣਾ ਹੋ ਗਿਆ ਮੀਆਂ ਮੀਆਂ 'ਚ ਅੱਜ ਮੌਸਮ ਵੀ ਬਹੁਤ ਸਨੀ ਆ ਕੱਲ੍ਹ ਦਾ ਮੌਸਮ ਵਧੀਆ ਸੀਗਾ ਤਾਂ ਜਿੰਨਾ ਹੋ ਸਕਿਆ ਅੰਮ੍ਰਿਤਸਰ ਐਕਸਪਲੋਰ ਕੀਤਾ ਆਪਣੇ ਵੱਲੋਂ ਅਤੇ ਹੁਣ ਆਪਾਂ ਜਰਵੇਲੇ ਬਾਗ ਇੱਕ ਮਿਊਜ਼ੀਅਮ ਅਤੇ ਉਸ ਤੋਂ ਬਾਅਦ ਵਾਹਗਾ ਬੋਰਡਰ ਵਾਹਗਾ ਬੋਰਡਰ ਦੇ ਲਈ ਸਿਰਫ 2 ਘੰਟੇ ਦੇ ਵਿੱਚ ਤੋਂ ਆਟੋਸ ਵਗੈਰਾ ਜਾਂ ਬੱਸ ਵਗੈਰਾ ਨਿਕਲਣ ਵਾਲੀਆਂ ਅਤੇ ਮੈਂ ਪਤਾ ਕਰਾਂ ਬੈਸਟ ਡੀਲ ਕਿਹੜੀ ਆ ਗਰਮੀ ਵੀ ਥੋੜ੍ਹੇ ਥੋੜ੍ਹੇ ਨਾਲ ਆਪਣਾ ਰੰਗ ਦਿਖਾ ਰਹੀ ਆ ਅੱਜ ਚਲੋ ਕੋਈ ਨਹੀਂ ਕੱਲ੍ਹ ਦੇ ਦਿਨ ਮੈਂ ਬਹੁਤ ਬਿਜ਼ੀ ਰਿਹਾ ਸੀਗਾ ਅਤੇ ਮੈਂ ਆ ਨਹੀਂ ਸਕਿਆ ਪਰ ਅੱਜ ਜ਼ਰੂਰ ਜਾਊਂਗਾ ਜਲਿਆਂਵਾਲਾ ਬਾਗ ਅਤੇ ਮੈਂ ਸਾਰਿਆਂ ਨੂੰ ਪਤਾ ਹੀ ਯਾਰ ਜਲਿਆਂਵਾਲਾ ਬਾਗ ਦੀ ਹਿਸਟਰੀ ਦੇ ਬਾਰੇ ਅਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜੀ ਅਮਰ ਜੋਤੀ 24/7 ਚੱਲਦੀ ਰਹਿੰਦੀ ਆ ਲਾਈਨ ਆਈ ਜਿੱਥੇ ਖੜ੍ਹੇ ਹੋ ਕੇ ਉੱਥੇ ਪਿੱਛੇ ਆਪਣੇ ਸਾਰੇ ਜਿੰਨੇ ਵੀ ਇੰਡੀਅਨ ਆਏ ਸੀਗੇ ਵਿਸਾਖੀ ਮਨਾਉਣ ਅਤੇ ਉਹਨਾਂ ਦੇ ਉੱਪਰ ਅਟੈਕ ਕੀਤਾ ਗਿਆ ਸੀਗਾ ਅਤੇ ਅੱਗੇ ਖੂਹ ਵਗੈਰਾ ਸਾਰਿਆਂ ਨੂੰ ਪਤਾ ਹੀ ਆ ਕੰਧਾਂ ਜਿੱਥੇ ਗੋਲੀਆਂ ਲੱਗੀਆਂ ਅੱਜ ਤਾਂ ਚਲੋ ਜਗ੍ਹਾ ਪਛਾਣੀ ਵੀ ਨਹੀਂ ਜਾਂਦੀ ਉਹ ਕਿਉਂਕਿ ਕਾਫੀ ਚੇਂਜਸ ਕਰ ਦਿੱਤੇ ਗਏ ਆ ਬਾਕੀ ਜਿੱਦਾਂ ਮੈਂ ਦੱਸਿਆ ਕਿ ਸਾਰਾ ਕੁਛ ਹੁਣ ਇੱਥੇ ਚੇਂਜ ਹੋ ਗਿਆ ਪ੍ਰੀ ਮੱਚ ਗਾਰਡਨ ਹੋ ਗਏ ਦੋਨੀ ਤਰਫ ਅਤੇ ਫਿਰ ਵੀ ਇੱਕ ਇਤਿਹਾਸ ਨੂੰ ਯਾਦ ਰੱਖਣ ਦੇ ਲਈ ਇੱਕ ਆਹ ਬਿਲਡਿੰਗ ਬਣਾ ਦਿੱਤੀ ਗਈ ਹੈ ਅਤੇ ਦੂਸਰੀ ਚੀਜ਼ ਇੱਥੇ ਅਜੇ ਵੀ ਆਹ ਕੰਧ ਹੈ ਜਿੱਥੇ ਗੋਲੀਆਂ ਦੇ ਨਿਸ਼ਾਨ ਬਣੇ ਹੋਏ ਆ ਇੱਕ ਆਹ ਹੋ ਗਿਆ ਅਤੇ ਦੂਸਰੀ ਤਰਫ ਇੱਕ ਖੂਹ ਆ ਜਿਹੜਾ ਉਹ ਸਾਹਮਣੇ ਆ ਫਿਰ ਮੈਂ ਹੁਣ ਜਾਊਂਗਾ ਅੱਛਾ ਅਤੇ ਉਹ ਜਿਹੜਾ ਦਰਖਤ ਸੀਗਾ ਉਹਦੇ ਥੱਲੇ ਹੀ ਸੀਗੀ ਉਹ ਜਗ੍ਹਾ ਜਿੱਥੇ ਮੈਂ ਮੈਨੂੰ ਨਹੀਂ ਦਿਖਾਇਆ ਕਿ ਕਿੱਥੇ ਖੜ੍ਹੇ ਹੋ ਕੇ ਉਹਨਾਂ ਨੇ ਗੋਲੀਆਂ ਮਾਰੀਆਂ ਅਤੇ ਇੰਨਾ ਡਿਸਟੈਂਸ ਸੀਗਾ ਸਾਈਡ 'ਤੇ ਸੀਗੀ ਉਹ ਕੰਧ ਜਿੱਥੇ ਪਹਿਲਾਂ ਗੋਲੀਆਂ ਦਿਖਾਈ ਅਤੇ ਇੱਕ ਚੀਜ਼ ਜਿਹਦਾ ਮੈਨੂੰ ਰਿਗਰੈਟ ਹਮੇਸ਼ਾ ਰਹੂਗਾ ਰੈਸਟ ਆਫ ਮਾਈ ਲਾਈਫ ਕਿ ਮੈਂ ਕਦੀ ਆਪਣੀ ਜ਼ਿੰਦਗੀ 'ਚ ਨਾ ਬਲੱਡ ਡੋਨੇਟ ਕਰਨਾ ਚਾਹੁੰਦਾ ਸੀ ਜਿੱਦਾਂ ਹੁਣ ਇੱਥੇ ਚੱਲ ਰਹੀ ਹੈ ਸੇਵਾ ਪਰ ਹੁਣ ਮੈਂ ਕਰ ਨਹੀਂ ਸਕਦਾ ਕਿਉਂਕਿ ਬਿਕੋਜ਼ ਆਫ ਮਾਈ ਟੈਟੂਸ ਨੋਟ ਸੇਫ ਐਟ ਆਲ ਵਧੀਆ ਸੀਗਾ ਯਾਰ ਕਿ ਆਪਣੀ ਥੋੜ੍ਹੀ ਹਿਸਟਰੀ ਬਾਰੇ ਪਤਾ ਚੱਲਿਆ ਕਿ ਪਾਰਟੀਸ਼ਨ ਦੇ ਵੇਲੇ ਕੀ ਹੋਇਆ ਉਹਦੇ ਕੁਛ ਹਿੱਸੇ ਅੰਦਰ ਰੱਖੇ ਹੋਏ ਆ ਵੀਡੀਓਜ਼ ਹੋ ਗਈਆਂ ਨਿਊਜ਼ ਪੇਪਰ ਅਲੱਗ ਅਲੱਗ ਚੀਜ਼ਾਂ ਵਧੀਆ ਸੀਗਾ ਫਿਰ ਉਹੀ 3 ਚੀਜ਼ਾਂ ਮੈਂ ਅੱਜ ਮੈਨਸ਼ਨ ਕੀਤੀਆਂ ਸੀ ਕਿ ਮੈਂ ਕਰੂੰਗਾ ਹੀ ਕਰੂੰਗਾ ਜਲਿਆਂਵਾਲਾ ਬਾਗ ਹੋ ਗਿਆ ਆ ਮਿਊਜ਼ੀਅਮ ਹੋ ਗਿਆ ਅਤੇ ਵਾਹਗਾ ਬੋਰਡਰ ਲਾਸਟ ਵਿੱਚ ਸੀ ਰੱਖਿਆ ਕਿਉਂਕਿ ਇਹਨੂੰ ਟਾਈਮ ਬਹੁਤ ਲੱਗ ਜਾਂਦਾ ਆ ਪ੍ਰੀ ਮੱਚ 5 ਘੰਟੇ ਲੱਗ ਹੀ ਜਾਂਦੇ ਆ ਅਤੇ ਉੱਥੋਂ ਦੀ ਅੱਜ ਗਰਮੀ ਬੜਾ ਚਲੋ ਕੋਈ ਨਹੀਂ ਇੱਥੇ 2-3 ਬੋਤਲਾਂ ਪਾਣੀ ਵੀ ਲਈਏ ਅਤੇ ਫਿਰ ਆਪਾਂ ਇੱਥੋਂ ਐਕਸਿਟ ਮਾਰੀਏ ਚਲੋ ਯਾਰ ਇਸ ਗਰਮੀ ਤੋਂ ਬਚਣ ਲਈ ਪਹਿਲਾਂ ਇੱਕ ਗਲਾਸ ਲੱਸੀ ਪੀਂਦੇ ਹਾਂ ਉੱਥੋਂ ਦੀ ਬੈਸਟ ਚੀਜ਼ ਇਹਨਾਂ ਕੋਲ ਪੀਟੀਐਮ ਵੀ ਹੈ ਵਿੱਚ ਹਰ ਇੱਕ ਵਿੱਚ ਉਹ ਆਪਾਂ ਇਹ ਕੱਪ ਹੈ ਅਤੇ ਇੱਕ ਕੱਪ ਗਲਾਸ ਯਾਰ ਥੈਂਕ ਯੂ ਹਾਂਜੀ ਜ਼ਰੂਰ ਜਾਵਾਂਗੇ ਅਤੇ ਇੱਥੋਂ ਇਹ ਵਾਹਗਾ ਬੋਰਡਰ ਲੈ ਕੇ ਜਾਂਦੀ ਹੈ ਅਤੇ ਇੱਥੇ ਹੀ ਛੱਡ ਦੂਗੇ ਇਹ ਆਈ ਥਿੰਕ ਇਹ ਬੈਸਟ ਡੀਲ ਆ ਇਹ 100 ਰੁਪਏ ਦੇ ਵਿੱਚ ਹੋਣਾ ਆ ਬਾਕੀ ਤੁਸੀਂ ਆਟੋ ਵਗੈਰਾ ਕਰਕੇ ਵੀ ਜਾ ਸਕਦੇ ਹਾਂ ਉਹ 30-40 ਰੁਪਏ ਲੈਂਦੇ ਆ 1 ਵੇ ਪਰ ਪ੍ਰੋਬਲਮ ਇਹ ਕਿ ਕਈ ਵਾਰੀ ਆਉਂਦੇ ਹੋਏ ਪ੍ਰੋਬਲਮ ਆ ਜਾਂਦੀ ਹੈ ਇਹਦੇ ਨਾਲ ਇਹ ਆ ਕਿ ਚਲੋ ਟੈਨਸ਼ਨ ਫਰੀ ਹੋ ਕੇ ਤੁਸੀਂ ਜਾਓਗੇ ਅਤੇ 100 ਰੁਪਏ ਯਾਰ ਇਟਸ ਫਾਈਨ ਅਤੇ ਪ੍ਰੀ ਮੱਚ 1:30 ਵਜੇ ਵਾਲਾ ਹੋ ਗਿਆ ਅਤੇ ਇਸ ਆਟੋ ਦੇ ਵਿੱਚ ਮੇਰੇ ਖਿਆਲ ਨਾਲ 7 ਬੰਦੇ ਜਾਓਗੇ ਅਤੇ 100 ਰੁਪਏ ਪਰ ਪਰਸਨ 'ਤੇ ਯਾਨੀ ਕਿ ਇਹਨੂੰ 700 ਰੁਪਇਆ ਇੱਕ ਦਿਨ ਦੀ ਦਿਹਾੜੀ ਬਣੀ ਜਾਂਦੀ ਆ ਵਿੱਚ ਇਸ ਗੁਡ ਚਲੋ ਸਾਡਾ ਆਉਣ ਜਾਣ ਵੀ ਹੋ ਜਾਂਦਾ ਯਾਰ ਈਜ਼ੀ ਸਾਰੇ ਸ਼ੇਅਰਿੰਗ ਵਿੱਚ ਕੰਮ ਕਰੋਂਗੇ ਤਾਂ ਸਾਡਾ ਆਟੋ ਵਾਲਾ ਬੜਾ ਵਧੀਆ ਨਿਕਲਿਆ
ਔਨ ਦਾ ਵੇ ਸੀਗੇ ਬਾਗਾ ਬਾਰਡਰ ਲਈ ਅਤੇ ਉਹ ਕਹਿੰਦਾ ਰਸਤੇ 'ਚ ਆਹ ਵੈਸ਼ਨੋ ਮਾਤਾ ਮੰਦਰ ਆਇਆ ਇਹ ਵੀ ਦੇਖ ਲਓ ਅਤੇ ਪੈਰ ਸੜ ਗਏ ਭਰਾ ਅਤੇ ਇੰਨੀ ਗਰਮੀ ਅਤੇ ਉਹ ਪਿੱਛੇ ਹੁਣ ਆਟੋ ਵਗੈਰਾ ਰੋਕ ਗਈਆਂ ਅਤੇ ਹੁਣ ਇੱਥੋਂ ਪੈਦਲ ਚੱਲਣਾ ਸ਼ੁਰੂ ਕਰ ਦੇਣਾ ਅਤੇ ਉਹ ਥੋੜ੍ਹੀ ਦੂਰ ਤੱਕ ਹੀ ਬਾਗਾ ਬਾਰਡਰ ਸਟਾਰਟ ਹੈ ਅਤੇ ਇੱਥੇ ਆ ਕੇ ਇੱਕ ਚੀਜ਼ ਪਤਾ ਲੱਗੀ ਕਿ ਐਕਚੁਲੀ ਮੇਰੇ ਦਿਮਾਗ 'ਚ ਵੀ ਨਹੀਂ ਰਹੀ ਸੀਗਾ ਯਾਰ ਇਹ ਚੀਜ਼ ਕਦੀ ਫਿਊਚਰ ਮੈਂ ਮੈਨਸ਼ਨ ਕਰਦਾ ਕਿ ਮੈਂ ਬੈਗ ਲੈ ਕੇ ਆਇਆ ਸੀ ਉਹਦੇ 'ਚ ਪਾਣੀ ਦੀ ਬੋਤਲ ਸਨਸਕ੍ਰੀਨ ਥੋੜ੍ਹਾ ਬਹੁਤਾ ਖਾਣ ਪੀਣ ਲਈ ਪਾਵਰ ਬੈਂਕ ਇਹੀ ਸਮਾਨ ਹੁੰਦਾ ਫਿਰ ਇਹਨਾਂ ਨੇ ਦੱਸਿਆ ਕਿ ਬੈਗਸ ਅਲਾਊਡ ਨਹੀਂ ਹੈਗੇ ਅਤੇ ਸਿਰਫ ਤੁਹਾਡਾ ਪਰਸ ਅਤੇ ਫੋਨ ਆ ਦੋ ਚੀਜ਼ਾਂ ਤੁਸੀਂ ਲੈ ਕੇ ਜਾਂਦੇ ਪਾਣੀ ਅਤੇ ਅਤੇ ਬੈਗ ਡਿਪੋਜ਼ਿਟ ਕਰਨੇ ਪੈਂਦੇ ਇੱਥੇ ਇਸ ਲਈ ਤਾਂ ਬੈਗ ਚੁੱਕਿਆ ਸੀ ਕਿ ਚਲੋ ਥੋੜ੍ਹਾ ਬਹੁਤਾ ਖਾਣ ਨੂੰ ਹੋ ਜਾਵੇ ਸਨਸਕ੍ਰੀਮ ਹੋ ਗਈ ਚਲੋ ਅੱਗੇ ਤੋਂ ਜੇਕਰ ਆਏ ਤਾਂ ਧਿਆਨ ਰੱਖਾਂ ਕਿ ਬੈਗ ਨਾ ਹੀ ਲੈ ਕੇ ਆਈਏ ਤਾਂ ਬਿਹਤਰ ਆ ਫਿਰ ਜਿਹੜਾ ਡਿਪੋਜ਼ਿਟ ਕਰਾਉਂਦੇ ਉੱਥੇ ਪੈਸੇ ਮੰਗਦੇ ਫਿਰ ਉਹ 200 ਰੁਪਇਆ 50 ਰੁਪਏ ਅਕੋਰਡਿੰਗ ਟੂ ਦਾ ਬੈਗ ਲਓ ਬਾਈ ਐਂਟਰੀ ਤਾਂ ਹੋ ਗਈ ਆ ਉਹ ਪਿੱਛੇ ਗੇਟਸ 'ਤੇ ਧੱਕਾ ਮੁੱਕੀ ਪਤਾ ਨਹੀਂ ਕਿਸ ਚੀਜ਼ ਦੀ ਜਲਦੀ ਆ ਉਹ ਅੱਗੇ ਸਾਹਮਣੇ ਉਹ ਪਿੱਛੇ ਖੜ੍ਹੇ ਹੀ ਆ ਬੈਰੀਅਰ ਲੱਗੇ ਹੋਏ ਆ ਕੋਈ ਐਡਾ ਰਸ਼ ਨਹੀਂ ਪਤਾ ਨਹੀਂ ਇੱਕ ਦੂਸਰੇ ਉੱਪਰ ਚੜ੍ਹ ਚੜ੍ਹ ਕੇ ਇਹ ਉਹ ਚਲੋ ਕੋਈ ਨਹੀਂ ਜਿਹੜੀ ਚੀਜ਼ ਨੂੰ ਲੱਗਣੇ ਸੀਗੇ 5 ਮਿੰਟ ਉਹਨੂੰ ਸਿਰਫ ਈਜ਼ਲੀ 50 ਮਿੰਟ ਹੀ ਲੱਗੀ ਅਤੇ ਭੱਜ ਕੇ ਮੇਰੇ ਸਾਰੇ ਵੀਰ ਹੁਣ ਇੱਥੇ ਹੀ ਖੜ੍ਹੇ ਆ ਬਹੁਤ ਵਧੀਆ ਅਤੇ ਅਜੇ ਪਿੱਛੇ ਵੀ ਨੱਕ ਭੱਜ ਜਾ ਰਹੀ ਹੈ ਅਤੇ ਹੋ ਰਿਹਾ ਆਪਣਾ ਬੋਰਡਰ ਇੱਕ ਚੀਜ਼ ਮੈਂ ਹੋਰ ਮੈਨਸ਼ਨ ਕਰਦਾ ਜਿੱਥੇ ਹੁਣ ਅੱਗੇ ਆ ਸਾਹਮਣੇ ਆ ਬੈਰੀਅਰ ਲੱਗੇ ਹੋਏ ਇੱਥੇ ਜਿੱਥੇ ਹੁਣ ਸਾਰੀ ਭੀੜ ਖੜ੍ਹੀ ਆ ਜਿੱਥੇ ਇਹਨਾਂ ਨੇ ਆਹ ਚੱਕਣੇ ਆ ਅਤੇ ਉਹ ਅੱਗੇ ਤੱਕ ਜਿੱਥੇ ਸੀਟਿੰਗ ਏਰੀਆ ਸ਼ੁਰੂ ਹੋ ਜਾਂਦਾ ਬਾਈ ਇੱਕ ਤਰ੍ਹਾਂ ਦੀ ਨਾ ਮਤਲਬ ਮੈਰਾਥੋਨ ਸ਼ੁਰੂ ਹੋ ਜਾਣੀ ਹੈ ਮੈਂ ਕਹਿੰਦਾ ਅਫਰੀਕਾ ਦੇ ਵਿੱਚ ਵੀ ਇਸ ਤਰ੍ਹਾਂ ਦੀ ਮੈਰਾਥੋਨ ਨਹੀਂ ਹੁੰਦੀ ਹੋਣੀ ਕਿ ਭੱਜ ਲਓ ਨੱਠ ਲਓ ਪਤਾ ਨਹੀਂ ਕੀ ਚੱਕਰ ਆ ਵਿਸ਼ਕ ਮੈਂ ਰਿਕਾਰਡ ਕਰ ਪਾਇਆ ਤਾਂ ਕਿਉਂਕਿ ਧੱਕਾ ਮੁੱਕੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਅਤੇ ਇਸ ਕਰਕੇ ਓਨ ਪਰਸਨ ਨਾ ਥੋੜ੍ਹਾ ਕੇਅਰਫੁਲ ਰਹਿਣਾ ਪੈਂਦਾ ਭਰਾ ਕਰਾਊਡ ਤਾਂ ਫਿਰ ਜਿੱਦਾਂ ਪਿੱਛੇ ਪੌੜੀਆਂ ਬਣੀਆਂ ਹੋਈਆਂ ਨੇ ਤੁਸੀਂ ਕਿਤੇ ਵੀ ਜਾ ਕੇ ਬੈਠ ਸਕਦੇ ਹਾਂ ਪਰ ਹਜੇ ਅੱਗੇ ਜਿਹੜੀਆਂ ਫਰੰਟ 'ਤੇ ਪੌੜੀਆਂ ਉੱਥੇ ਧੁੱਪ ਬਹੁਤ ਜ਼ਿਆਦਾ ਆ ਅਤੇ ਨੋ ਰੈਕਮੈਂਡ 36 ਡਿਗਰੀ ਹੈ ਰਾਈਟ ਨਾਓ ਅਤੇ ਕੋਸ਼ਿਸ਼ ਕਰੇਗੀ ਇੱਦਾਂ ਦੀ ਛਾਂ ਵਾਲਾ ਏਰੀਆ ਲੱਭ ਲਏ ਇੱਥੇ ਬੈਠ ਲਏ ਉਸ ਤੋਂ ਬਾਅਦ ਜਿੱਦਾਂ ਹੀ ਥੋੜ੍ਹਾ ਜਿਹਾ ਵਧੀਆ ਮੌਕਾ ਮਿਲਦਾ ਅੱਗੇ ਨਿਕਲ ਜਾਏ ਅਤੇ ਪਾਣੀ ਕੌਫੀ ਵਗੈਰਾ ਸਾਰਾ ਕੁਝ ਇੱਥੇ ਆ ਰਿਹਾ ਕੋਈ ਇਹਦਾ ਇਸ਼ੂ ਨਹੀਂ ਹੈਗਾ ਹੁਣ ਆਪਾਂ ਆਪਣੇ ਕੋਲ 1.5 ਘੰਟਾ ਪਿਆ ਆ ਵੇਟ ਕਰਨ ਲਈ ਸਾਨੂੰ ਆਪਾਂ ਵੇਟ ਕਰ ਲਈਏ ਬਾਗਾ ਬਾਰਡਰ 'ਤੇ ਜਿਹੜੀ ਆਹ ਸਿਟਿੰਗ ਏਰੀਆ ਇਹਦੀ ਐਂਟਰੀ ਤਾਂ ਫਰੀ ਆ ਸਾਰਿਆਂ ਨੂੰ ਪਤਾ ਹੀ ਆ ਪਰ ਇਹਦੀ ਜਿਹੜੀ ਕਪੈਸਿਟੀ ਆ ਇਹ 30,000 ਮਤਲਬ 30,000 ਬੰਦਾ ਇੱਥੇ ਬੈਠ ਸਕਦਾ ਈਜ਼ਲੀ ਅਤੇ ਹਜੇ ਤਾਂ ਚਲੋ ਖਾਲੀ ਪਿਆ ਹੌਲੀ ਹੌਲੀ ਲੋਕ ਆ ਰਹੇ ਨੇ ਕਿਉਂਕਿ ਮੈਂ ਬਹੁਤ ਜਲਦੀ ਆ ਗਿਆ ਸੀਗਾ ਅਤੇ ਲੈਟਸ ਸੀ ਹਜੇ ਲੋਕ ਪ੍ਰੈਫਰ ਕਰਦੇ ਸ਼ਾਂ 'ਚ ਬੈਠਣਾ ਅਤੇ ਜਿੱਦਾਂ ਪਹਿਲੇ ਮੈਂਸ਼ਨ ਕੀਤਾ ਸੀ ਪਰ ਫਿਰ ਵੀ ਜਿਹਨਾਂ ਨੇ ਦੋਵੇਂ ਬੈਠਣਾ ਪਈ ਕਰਦਾ ਸੀਟ ਨੂੰ ਛੱਡਣਾ ਚਾਹੁੰਦੇ ਕਿਉਂਕਿ ਉੱਥੇ ਹੋਣੀ ਆ ਸਾਰੀ ਉਹ ਜਿਹੜੇ ਸੈਨਿਕ ਵਗੈਰਾ ਆਪਣੇ ਹੋਰ ਲੱਤਾਂ ਹੀ ਚੱਕਦੇ ਆਪਾਂ ਨੂੰ ਸਾਰੇ ਆਈਟਮ ਸਾਥੀ ਦਰਸ਼ਕਾਂ ਦੇ ਕੀਮਤੀ ਸਾਮਾਨ
अपने देश की सीमाओं की रक्षा के प्रति प्रतिबद्धता का स्वर्णिम इतिहास है। प्रत्येक सुबह भारतीय आकाश में उदय होने वाला सूरज सरहदों पर अटूट दीवार स्वरूप तैनात बीएसएफ के जवानों के अडिग एवं चट्टानी इरादों को सलाम करता हुआ प्रतीत होता है। 1 दिसंबर 1965 को बीएसएफ की स्थापना हुई और भारतीय सीमा को एक ऐसा प्रहरी प्राप्त हुआ जिसकी सदैव चौकन्ना निगाहों ने भारतीय सीमा को अभेद दीवार में परिवर्तित कर दिया है।
दर्शकों से निवेदन है कि वे स्वर्ण जयंती द्वार के रास्ते जेसीपी अटारी परिसर से साथ में प्रस्थान करें, साथ ही अपने बच्चों बुजुर्गों एवं कीमती सामान को उनसे दान करें। आप सभी देशवासियों का जेसीपी अटारी पधारने के लिए डीएसएम की तरफ से हार्दिक धन्यवाद। जय हिंद जय भारत। बहुत बढ़िया रहा यार, बाघा बॉर्डर से जाना मेरा बहुत ही बढ़िया डिसीजन सी यार। उत्थे आ के जिहड़ी फीलिंग आती ना यार, वो तुहानू इत्थे आ के एक्सपीरियंस करनी पैनी यार, आई कांट एक्सप्लेन। तो उस तो बाद जो वापस आए ट्रैफिक इन्ना ज़्यादा यार अमृतसर का कि सिर दुखन लग गया भरा। तो सब तो पहला मैं चलो कॉफी पीती जाए, बाय मिस्टेक मैं कबोबी जगह पर आ गया अमृतसर हवेली करके। ठीक है, कॉफी ऑर्डर की जाते शानदार कॉफी बनाई, मैं उन्हें दिखा। वेरी वेल डन यार, बहुत ही अच्छी कॉफी। एक्चुअली ये जगह भी बहुत ही सोहनी यार। मैं ज़्यादातर बार इतने छोटे मोटे रेस्टोरेंट भी खाता रहा, इतना देखो वधिया गया सी दो तीन वधिया, पर यह सब तो वधिया आ। आई मीन लुक वाइज कॉफी ट्राई कर रहे हैं, तो आई होप कि नाइस ही होगी तो बेहतर आ। लो जनाब, तो आप पहुँच गए वापस अपने होस्टल। तो खाना आप जोमैटो पर ऑर्डर करेंगे क्योंकि इतने 40% ऑफ रहा, तो आई थिंक इट्स द बेस्ट ऑप्शन है कि ਅੱਧੀ ਕੀਤਾ ਜਾਵੇ। ਤੇ ਹੋਸਟਲ ਵੀ ਵਧੀਆ ਆ ਜਿੱਦਾਂ ਮੈਂ ਤੁਹਾਨੂੰ ਸ਼ੋਅ ਕੀਤਾ ਸੀ ਪਹਿਲਾਂ ਹੈ। ਤੇ ਫਿਰ ਆਪਾਂ ਇੱਥੇ ਬੈਠ ਕੇ ਆਪਾਂ ਡਿਨਰ ਇੰਜੋਏ ਕਰਦੇ ਹਾਂ, ਤਾਂ ਉਸ ਤੋਂ ਬਾਅਦ ਰੈਡੀ ਹੋ ਜਾਈਏ ਕਿਉਂਕਿ ਕੱਲ੍ਹ ਨੂੰ ਆਪਣਾ ਇੱਥੋਂ ਚੈੱਕ ਆਊਟ ਆ। ਅਤੇ ਕੱਲ੍ਹ ਦੇ ਲਈ ਮੇਰੇ ਕੋਲ ਐਡਾ ਖਾਸ ਪਲੈਨ ਨਹੀਂ, ਮੈਂ ਦੁਬਾਰਾ ਫਿਰ ਗੋਲਡਨ ਟੈਂਪਲ ਜਾਊਂਗਾ ਅਤੇ ਸੇਵਾ ਕਰੂੰਗਾ, ਉਸ ਤੋਂ ਬਾਅਦ ਟ੍ਰੇਨ ਪਕੜ ਕੇ ਵਾਪਸ ਆਪਣੇ ਹੋਮ ਟਾਊਨ। ਚਲੋ ਫਿਰ ਹੁਣ ਆਪਾਂ ਐਕਸਿਟ ਮਾਰੀਏ ਇਸ ਹੋਸਟਲ ਤੋਂ, ਅਤੇ ਥੋੜ੍ਹੀ ਦੇਰ ਤੱਕ ਮੇਰੀ ਟ੍ਰੇਨ ਆ, ਅਤੇ ਉਸ ਤੋਂ ਪਹਿਲਾਂ ਮੈਂ ਸੋਚਿਆ ਹਰਿਮੰਦਰ ਸਾਹਿਬ ਮੱਥਾ ਟੇਕ ਲੈਂਦੇ ਜਾਵੇ ਅਤੇ ਇੱਕ ਦਮਨ ਮਿਊਜ਼ੀਅਮ ਦੇਖ ਲਿਆ ਜਾਵੇ। ਥੋੜ੍ਹਾ ਜਿਹਾ ਰਿਸਕ ਹੀ ਵੈਸੇ ਜਿਸ ਤਰ੍ਹਾਂ ਫੋਮ ਰੱਖਣਾ ਇੱਥੇ, ਪਰ ਫਿਰ ਵੀ ਯਾਰ ਮੈਂ ਨਿਗਾਹ ਵੀ ਰੱਖਦਾ, ਪਰ ਹੈ ਰਿਸਕ ਨੋ ਡਾਊਟ। ਮੈਂ ਇੱਕ ਚੀਜ਼ ਨੋਟ ਕੀਤੀ ਯਾਰ ਇੱਥੇ, ਜਿੱਦਾਂ ਮੈਂ ਪ੍ਰੈਫਰ ਕੀਤਾ ਕਿ ਇਸ ਖਾਲੀ ਰੋਡ 'ਤੇ ਚੱਲਾਂ ਇਨਸਟੈਡ ਆਫ ਉੱਧਰ ਜਿੱਥੇ ਕਰਾਊਡ ਜ਼ਿਆਦਾ ਆ। ਇੱਧਰੋਂ ਸਾਹਮਣੇ ਇੱਕ ਬੀਬੀ ਆਈ, ਪਤਾ ਨਹੀਂ ਉਹਨੂੰ ਕੀ ਹੋਇਆ ਕਿ ਵਿੱਚ ਵੱਜ ਕੇ ਗਈ, ਉਹ ਇੰਨਾ ਰੋਡ ਖਾਲੀ ਪਿਆ ਬਾਈ, ਥੋੜ੍ਹਾ ਇੱਧਰੋਂ ਦੀ ਨਿਕਲ ਜਾ ਨਾ, ਆਦਤ ਹੀ ਪੈ ਗਈ ਯਾਰ ਵੱਜ ਵੱਜ ਕੇ ਨਿਕਲਣ ਦੀ। ਹੁਣ ਜਾ ਕੇ ਥੋੜ੍ਹੀ ਜਾਂ 'ਚ ਜਾਣ ਆਈ ਭਰਾ, ਨਹੀਂ ਮੈਂ ਕੱਲ੍ਹ ਜਾਇਆ ਅਤੇ ਹੁਣ ਮੈਂ ਕੋਸ਼ਿਸ਼ ਕਰਦਾ ਕਿ ਇੱਕ ਅੱਧਾ ਮਿਊਜ਼ੀਅਮ ਦੇਖ ਲਾਂ, ਉਸ ਤੋਂ ਬਾਅਦ ਸਿੱਧੀ ਸਟੇਸ਼ਨ ਚੱਲ ਜੂੰਗਾ ਮੈਂ। ਇੰਨੀ ਗਰਮੀ ਜੇ ਮੈਂ ਆਪਣੇ ਹੋਮ ਟਾਊਨ ਨੂੰ ਤਾਂ ਮੈਂ ਕਦੀ ਬਾਹਰ ਵੀ ਨਾ ਨਿਕਲਦਾ, ਪਰ ਚਲੋ ਕੋਈ ਨਹੀਂ। ਤੁਸੀਂ ਨੋਟ ਕੀਤਾ ਮੈਂ 3-4 ਵਾਰ ਮੈਂਸ਼ਨ ਕਰਤਾ ਗਰਮੀ ਨੂੰ, ਸਵੇਰ ਗੋਲ ਬੜਾ ਅੱਜ ਸੰਡੇ ਆ, ਕਰਾਊਡ ਫੁੱਲ ਆਨ, ਸ਼ਾਮ ਨੂੰ ਤਾਂ ਹੋਰ ਵੀ ਵੱਧ ਜਾਣਾ ਆ। ਅਤੇ ਅੱਜ ਜ਼ਿਆਦਾ ਭੀੜ ਹੋਣੀ ਆ ਵਾਹਗਾ ਬੋਰਡਰ 'ਤੇ, ਕੱਲ੍ਹ ਨਾਲੋਂ ਵੀ ਜਿਹੜਾ ਵਾਲਾ ਬਾਗ ਨੇ। ਕੈਮਰਾ ਵਧੀਆ ਬਾਈ, ਕੈਮਰਾ ਹੋਵੇ ਕੋਈ ਤੰਗ ਨਹੀਂ ਕਰਦਾ, ਨਹੀਂ ਤਾਂ ਉਹ ਜਿਹੜੇ ਚਸ਼ਮੇ ਵੇਚਦੇ ਹੁੰਦੇ ਜਾਂ ਫਿਰ ਬਾਕੀ ਆ ਵਾਹਗਾ ਬੋਰਡਰ ਵਾਲੇ ਬਹੁਤ ਤੰਗ ਕਰਦੇ ਆ, ਬਾਹਵਾਂ ਖਿੱਚੀਆਂ ਲੱਗ ਜਾਂਦੇ ਆ। ਜੇ ਜਾਣਾ ਤਾਂ ਜਾਣਾ, ਤਾਂ ਖਿੱਚਣ ਦੀ ਕੀ ਲੋੜ ਆ। ਓਕੇ, ਤਾਂ ਅੰਮ੍ਰਿਤਸਰ ਤੋਂ ਐਕਸਿਟ ਮਾਰਨ ਤੋਂ ਪਹਿਲਾਂ ਮੈਂ ਸੋਚਿਆ ਕਿਉਂ ਨਾ ਯਾਰ ਦੁਰਗਿਆਨਾ ਮੰਦਰ ਵੀ ਮੱਥਾ ਟੇਕ ਲਿਆ ਜਾਵੇ। ਇੱਥੇ ਕੁਛ ਕੰਮ ਵਗੈਰਾ ਚੱਲ ਰਿਹਾ ਜਿਸ ਕਰਕੇ ਪਾਣੀ ਇੱਥੇ ਹੈ ਨਹੀਂ ਆ, ਪਰ ਚਲੋ ਕੋਈ ਨਹੀਂ, ਇਹ ਦੇਖਣ ਨੂੰ ਮਿਲਿਆ। ਦੇਖ ਲਿਆ ਮੱਥਾ, ਇੱਥੇ ਕੁਝ ਜ਼ਿਆਦਾ ਐਡਾ ਖਾਸ ਟਾਈਮ ਨਹੀਂ ਲੱਗਾ ਮੇਰਾ, ਵਿਦਇਨ ਲਾਈਕ 5 ਮਿੰਟਸ ਮੈਂ ਬਾਹਰ ਆ ਗਿਆ। ਜਿੱਦਾਂ ਪਹਿਲੇ ਮੈਂਸ਼ਨ ਕੀਤਾ ਗਰਮੀ ਇੱਥੇ ਜ਼ਿਆਦਾ, ਤਾਂ ਮੈਂ ਸੋਚਿਆ ਨਿੰਬੂ ਪਾਣੀ ਪੀਤਾ ਜਾਵੇ, ਅਤੇ ਮੇਰਾ ਬਾਈ ਮੇਰੇ ਲਈ ਉਹਨੇ ਪਿਆਰਾ ਜਿਹਾ ਨਿੰਬੂ ਪਾਣੀ ਬਣਾਇਆ। ਤਾਂ
ਪਹਿਲਾਂ ਸੋਚਿਆ ਕਿ ਮੈਂ ਰੇਲਵੇ ਸਟੇਸ਼ਨ ਦੀ ਵੀਡੀਓ ਖਤਮ ਕਰਦਾ, ਪਰ ਮੈਂ ਕਿਹਾ ਨਹੀਂ, ਕਿਉਂਕਿ ਅੱਜ ਸਾਡਾ ਪਲਾਨ ਸੀਗਾ ਜਲੰਧਰ ਰੈਸਟੋਰੈਂਟ ਜਾਣ ਦਾ, ਅਤੇ ਮੈਂ ਸੋਚਿਆ ਚਲੋ ਇਹ ਵੀ ਐਡ ਔਨ ਕਰ ਦਿੰਦੇ ਹਾਂ, ਅਤੇ ਅਮਿਤ ਬੱਚੀ ਵੀ ਅਸੀਂ ਬਹਾਨੇ ਆ ਜਾਊਗੇ, ਉਹ ਮੇਰੇ ਬਹੁਤ ਬੜੇ ਫੈਨ ਆ ਯਾਰ। ਜਨਾਬ ਆਪਾਂ ਗੰਦੀ ਫੋਟੋ ਦੀ ਨੀ ਮੇਰੀ, ਲੋ ਜਨਾਬ ਚਿਕਨ ਰੋਲ ਆਪਾਂ ਐਕਚੁਲੀ ਨਹੀਂ ਦਿਖਾਇਆ ਵੀਡੀਓ ਦੇ ਵਿੱਚ, ਆਪਾਂ ਕੀ ਖਾਈਏ ਚਾਪ, ਚਾਪ ਖਾ ਕੇ ਹੁਣ ਆਪਾਂ ਆਇਆ ਪਾਨ ਖਾਨ, ਇੱਥੇ ਪਤਾ ਨਹੀਂ ਕਿੰਨੇ ਕਿੰਨੇ ਤਰ੍ਹਾਂ ਦੇ ਪਏ ਨੇ, ਬਸ ਫਰਮਾਇਸ਼ 'ਤੇ ਆਪਾਂ ਇੱਥੇ ਆਏ ਹਾਂ, ਕਾਸ਼ੀ ਕਹਿੰਦਾ ਮੈਂ ਪਾਨ ਖਾਏ ਬਿਨਾਂ ਜਾ ਰਿਹਾ। ਹਾਂਜੀ ਬੋਲੋ, ਲੋ ਜਨਾਬ ਪੰਜ ਦੀ ਵਾਰੀ ਆ ਗਈ ਹੈ ਸਾਡੇ ਹੀ ਹੁਣ ਫਾਇਰ ਪੰਜ, ਇਹਦਾ ਪ੍ਰਾਈਸ ਹੈ 50 ਰੁਪਿਆ ਪਰ ਪਰਸਨ ਪਰ 500। ਅੱਛਾ ਦੋਨੋਂ ਇਕੱਠੇ ਖਾਏਗੇ ਬਾਈ, ਮਤਲਬ ਆਈਟਮ ਇਕੱਠੇ ਕਰਾਂਗੇ। ਸੁਪਰ ਐਕਸਾਈਟਿੰਗ ਦਿਸ ਮੈਨ, ਰਿਐਕਸ਼ਨ ਤਾਂ ਦੇਖੋ ਜੀ। ਅੱਛਾ ਤਿੰਨ ਬਣਾ ਦਿੱਤੇ, ਬੰਦਾ ਜਿਹੜਾ ਡਰਦਾ ਹੈ ਫਾਇਰ ਪਾਉਣ ਤੋਂ, ਕਹਿੰਦੇ ਨੇ ਪੱਕਾ ਕੁਛ ਗੜਬੜ ਹੋ ਗਈ, ਦੇਖਿਓ ਹੁਣ ਉੱਤੋਂ ਆਉਣ ਲੱਗਾ ਵੀ ਕਾਸ਼ੀ ਬੰਦਾ ਕਰੇਡਾ ਹੋਰ ਕਰਦਾ ਜੀ ਕਰਦਾ। ਲੋ ਜਨਾਬ, ਅਤੇ ਹੁਣ ਆਪਾਂ ਆਪਣਾ ਇਹ ਵਾਲਾ ਵਲੋਗ ਹੁਣ ਇੱਥੇ ਹੀ ਖਤਮ ਕਰਦੇ ਹਾਂ, ਅਤੇ ਹੁਣ ਆਪਾਂ ਮਿਲਾਂਗੇ ਅਗਲੇ ਵਲੋਗ 'ਤੇ।